ਫਿਰੋਜ਼ਪੁਰ ਪਾਰਲੀਮੈਂਟ ਦਲਕੇ ਦੀ ਗੱਲ ਹੈ। ਦੇਖੋ ਸਾਡਾ ਜਿਹੜਾ ਸਿਸਟਮ ਹੈ ਇਲੈਕਸ਼ਨ ਲੜਨ ਦਾ ਜਾਂ ਕੰਮ ਕਰਨ ਦਾ, ਉਹ ਇਹ ਕਿ ਸਾਡਾ ਸਾਰਾ ਸਾਲ ਹੀ ਜਿਹੜੇ 5 ਸਾਲ ਸਾਡੇ ਬੀਤੇ ਹੈ ਅਸੀਂ ਕਦੇ ਘਰੇ ਨਹੀਂ ਬੈਠੇ। ਸਾਡਾ ਤਾਲਮੇਲ ਦੁੱਖ ਸੁੱਖ 'ਚ ਸਭ ਥਾਵਾਂ 'ਤੇ ਜਾ ਕੇ ਅਸੀਂ ਮਿਲਦੇ ਰਹਿੰਦੇ ਹਾਂ। ਆਹ ਹੁਣ ਆਹ ਜਿਹੜਾ ਇਲੈਕਸ਼ਨ ਦਾ ਸਾਲ ਹੈ, ਇਸ ਤੋਂ 2 ਮਹੀਨੇ ਪਹਿਲਾਂ ਸਾਨੂੰ ਪਤਾ ਸੀ ਕਿ ਇਲੈਕਸ਼ਨ ਆ ਰਿਹਾ ਹੈ, ਅਤੇ ਮੇਰਾ ਉਦੋਂ ਤੋਂ ਹੀ ਅਸੀਂ ਸਾਰੇ ਹਲਕੇ ਦੇ ਵਿੱਚ ਲੋਕਾਂ ਦੇ ਨਾਲ ਤਾਲਮੇਲ ਕਾਇਮ ਕੀਤਾ ਹੋਇਆ। ਹੁਣ ਜਿਹੜੀ ਇਸ ਕੰਪੇਨ ਦੀ ਗੱਲ ਹੈ, ਉਹ ਇਹ ਕਿ ਪਰਸੋਂ ਮੇਰੇ ਕੋਲ ਰਾਤ ਨੂੰ 8 ਵਜੇ ਪ੍ਰਤਾਪ ਸਿੰਘ ਬਾਜਵਾ ਜੀ ਦਾ ਫੋਨ ਆਇਆ ਸੀ, ਅਤੇ ਉਹਨਾਂ ਨੇ ਮੈਨੂੰ ਵਧਾਈ ਦਿੱਤੀ ਕਿ ਕੁਵਾਇਆ ਸਾਹਿਬ ਤੁਹਾਨੂੰ ਵਧਾਈ ਹੈ, ਤੁਹਾਡੀ ਟਿਕਟ ਜਿਹੜੀ ਪੱਕੀ ਹੈ, ਤੁਸੀਂ ਆਪਣਾ ਕੰਮ ਜਿਹੜਾ ਕੰਪੇਨ ਦਾ ਉਹ ਚਲਾ ਸਕਦੇ ਹੋ। ਅਤੇ ਉਸੇ ਤਹਿਤ ਹੀ ਅਸੀਂ ਅੱਜ ਪਿੰਡ ਚੱਕ ਟਾਹਲੀ ਵਾਲਾ ਅਤੇ ਚੱਕ ਮਜੀਦਾ ਦੋਵੇਂ ਇਕੱਠੇ ਪਿੰਡ ਨੇ, ਬਹੁਤ ਵੱਡੇ ਪਿੰਡ ਹੈ, ਅਤੇ ਉੱਥੇ ਗੁਰਦੁਆਰਾ ਸਾਹਿਬ ਹੈ। ਬਹੁਤ ਲੰਬੇ ਸਮੇਂ ਤੋਂ ਜਦੋਂ ਤੋਂ ਮੈਂ ਇਲੈਕਸ਼ਨ ਲੜਨੇ ਸ਼ੁਰੂ ਕੀਤੇ, ਮੈਂ ਹਰ ਵਾਰ ਉੱਥੇ ਅਰਦਾਸ ਕਰਵਾ ਕੇ ਅਤੇ ਮੈਂ ਆਪਣੀ ਕੰਪੇਨ ਜਿਹੜੀ ਸ਼ੁਰੂ ਕਰਦਾ। ਅੱਜ ਵੀ ਉਸੇ ਤਹਿਤ ਹੀ ਉੱਥੋਂ ਜਿਹੜੇ ਸੁਖਮਣੀ ਸਾਹਿਬ ਦਾ ਪਾਠ ਕਰਾ ਕੇ ਅਰਦਾਸ ਕਰਾ ਕੇ ਅਸੀਂ ਕੰਪੇਨ ਜਿਹੜੀ ਸ਼ੁਰੂ ਕੀਤੀ ਹੈ। ਅੱਜ 10-12 ਪਿੰਡਾਂ ਦੇ ਵਿੱਚ ਮੈਂ ਸਾਰੇ ਪਿੰਡਾਂ 'ਚ ਜਾ ਕੇ ਆਇਆ, ਜਿੱਥੇ ਕਿ ਇਸ ਹਲਕੇ ਇਸ ਏਰੀਏ ਦੇ ਵਿੱਚ ਇੰਨਾ ਕੁ ਰਿਸਪੋਂਸ ਹੈ, ਇੰਨਾ ਕੁ ਵਧੀਆ ਮਤਲਬ ਲੋਕਾਂ ਦੀ ਜਿਹੜੀ ਸੋਚ ਬਣੀ ਹੋਈ ਹੈ ਕਿ ਅਸੀਂ ਜਿਹੜੀ ਵੋਟ ਹੈ ਉਹ ਸਿਰਫ ਅਤੇ ਸਿਰਫ ਕਾਂਗਰਸ ਪਾਰਟੀ ਅਤੇ ਸ਼ੇਰ ਸਿੰਘ ਘੁਬਾਇਆ ਨੂੰ ਪਾਉਣੀ। ਸੋ ਇਸ ਤਰ੍ਹਾਂ ਦਾ ਮਾਹੌਲ ਮੈਂ ਜ਼ਿੰਦਗੀ ਵਿੱਚ ਪਹਿਲਾਂ ਕਦੇ ਨਹੀਂ ਵੇਖਿਆ। ਇੱਕ ਵਾਰ ਅਸੈਂਬਲੀ ਦੇ ਵਿੱਚ ਇਸ ਤਰ੍ਹਾਂ ਹੋਇਆ ਸੀ, ਪਰ ਇਸ ਵਾਰ ਉਸ ਵਾਰ ਨਾਲੋਂ ਵੀ ਕਿਤੇ ਵਧੀਆ। ਉਸ ਵੇਲੇ ਮੈਂ ਅਸੈਂਬਲੀ ਦੇ ਇਲੈਕਸ਼ਨ 'ਚ ਮੈਂ 45,000 ਦੀ ਲੀਡ ਨਾਲ ਇੱਥੋਂ ਇਲੈਕਸ਼ਨ ਜਿੱਤੀ ਸੀ, ਪੰਜਾਬ 'ਚੋਂ ਸਭ ਤੋਂ ਟੋਪ 'ਤੇ। ਅਤੇ ਮੈਨੂੰ ਲੱਗਦਾ ਕਿ ਇਸ ਵਾਰੀ ਜੋ ਪਾਰਲੀਮੈਂਟ ਹਲਕਾ ਹੈ ਪੰਜਾਬ ਦੇ ਵਿੱਚੋਂ ਤਾਂ ਉਹੀ ਹੋਊਗਾ ਕਿ ਸਭ ਤੋਂ ਟੋਪ 'ਤੇ ਜਿਹੜੀ ਵੋਟ ਹੈ ਉਹ ਸਾਨੂੰ ਜਾਊਗੀ। ਇੰਡੀਆ ਵਿੱਚ ਸ਼ਾਇਦ ਹੋ ਸਕਦਾ ਇਹਦਾ ਕੋਈ ਰਿਕਾਰਡ ਬਣ ਜਾਏ। ਇਸ ਕਰਕੇ ਲੋਕ ਪੂਰੇ ਇਕੱਲਾ ਬਾਰਡਰ ਨਹੀਂ, ਬਾਰਡਰ ਤੋਂ ਉੱਪਰਲੇ ਮੁਕਤਸਰ, ਮਲੋਟ, ਫਿਰੋਜ਼ਪੁਰ, ਅਬੋਹਰ ਸਾਰੇ ਲੋਕਾਂ ਦਾ ਵਿੱਚ ਇੰਨਾ ਉਤਸ਼ਾਹ ਹੈ ਕਿ ਉਹ ਚਾਹੁੰਦੇ ਆ ਕਿ ਜਲਦੀ ਤੋਂ ਜਲਦੀ ਸਾਡੇ ਕੋਲ ਕੰਪੇਨ ਲੈ ਕੇ ਆਉਣ ਅਤੇ ਅਸੀਂ ਵੋਟਾਂ ਪਾ ਕੇ ਕਾਂਗਰਸ ਉੱਥੋਂ ਕਾਮਯਾਬ ਕਰੀਏ। ਅਤੇ ਇਸ ਕਰਕੇ ਅੱਜ ਬੜੀ ਖੁਸ਼ੀ ਹੋਈ ਹੈ, ਜਦੋਂ ਪਿੰਡਾਂ ਵਿੱਚ ਗਏ ਸਾਰਿਆਂ ਨੇ ਬਹੁਤ ਸਤਿਕਾਰ ਕੀਤਾ ਜੀ। ਪਤਾ ਕੀ, ਪਹਿਲੀ ਗੱਲ ਤਾਂ ਅਸੀਂ ਕੋਈ ਕਮਿਊਨਿਟੀ ਬੇਸ 'ਤੇ ਕਦੇ ਇਲੈਕਸ਼ਨ ਕਦੇ ਨਾ ਬੰਦਾ ਜਿੱਤਿਆ ਅਤੇ ਨਾ ਹੀ ਕਦੇ ਕੋਈ ਬੰਦਾ ਜਿੱਤਣ ਦੀ ਆਸ ਰੱਖੇ। ਪਰ ਉਸ ਦੇ ਬਾਵਜੂਦ ਵੀ ਜੇ ਕੰਬੋਜ ਸਾਹਿਬ ਕਹਿੰਦੇ ਆ ਕਿ ਸਾਨੂੰ OBC ਦੇ ਕੋਟੇ 'ਚ ਟਿਕਟ ਦਿੱਤੀ ਜਾਵੇ, ਅਤੇ ਫਿਰ ਜੇਕਰ ਮੈਂ ਦੂਸਰੇ ਪਾਸੇ ਇਹ ਗਿਣਤੀ ਮਿਣਤੀ ਕਰੀਏ, ਅਤੇ ਫਿਰ ਜੇ OBC ਦੀ 15-20% ਜੇ ਵੋਟ ਹੋਊਗੀ ਮੰਨਦੇ ਹਾਂ, 40% ਤਾਂ ਕਿਤੇ ਹੋ ਹੀ ਨਹੀਂ ਸਕਦਾ ਕਹਿਣਾ ਕਹਿਣ ਜੋ। ਅਤੇ ਸਾਡੀ ਸਪੈਸ ਜੋ ਫਿਗਰ ਹੈ ਜੋ ਸਰਕਾਰੀ ਅੰਕੜੇ ਦੱਸਦੇ ਹੈ ਪੰਜਾਬ ਦੇ ਵਿੱਚ ਤਾਂ ਸਭ ਤੋਂ ਟੋਪ 'ਤੇ SC ਕੈਟਾਗਰੀ ਦੀ ਵੋਟ 42% ਹੈ। ਸੈਕਿੰਡ ਹਾਈਐਸਟ ਇੰਡੀਆ ਦੇ ਵਿੱਚ ਜਿਹੜਾ ਇੱਕ ਬਿਹਾਰ ਦੇ ਝਲਕਾ ਜਿੱਥੇ 1.5% ਵੋਟ ਵੱਧ ਹੈ, ਅਤੇ ਉਸ ਦੂਜਾ ਜਿਹੜਾ ਹੈ ਉਹ ਫਿਰੋਜ਼ਪੁਰ ਪਾਰਲੀਮੈਂਟ ਹਲਕਾ। ਅਸੀਂ ਇਸ ਤਰ੍ਹਾਂ ਦੀ ਕਦੇ ਗੱਲ ਨਾ ਕੀਤੀ ਅਤੇ ਨਾ ਸਾਨੂੰ ਲੋੜ ਹੈ, ਕਿ ਸਾਡੇ ਨਾਲ ਸਾਰੀਆਂ ਕਮਿਊਨਿਟੀਆਂ ਉਹ ਜੁੜੀਆਂ ਹੋਈਆਂ, ਅਤੇ ਇਸ ਕਰਕੇ ਇੰਨਾ ਵੱਡਾ ਮਾਣ ਸਰਕਾਰ ਜਿਹੜਾ ਹੈ ਉਹ ਸਾਰੀਆਂ ਕੌਮਾਂ ਰਲ ਕੇ ਦਿੰਦੀਆਂ। ਇਸ ਕਰਕੇ ਮੈਂ ਜਿੰਨੇ ਵੀ ਇਲੈਕਸ਼ਨ ਲੜਿਆ ਮੈਨੂੰ ਬਹੁਤ
ਵਧੀਆ ਤਰੀਕੇ ਨਾਲ ਲੋਕਾਂ ਨੇ ਮੇਰਾ ਸਾਥ ਦਿੱਤਾ ਹੈ। ਆ ਹੁਣ ਜਿਹੜਾ ਪਿਛਲਾ ਇਲੈਕਸ਼ਨ ਮੈਂ ਹਾਰਿਆ ਸੁਖਬੀਰ ਬਾਦਲ ਤੋਂ, ਉਹ ਵੀ ਜਿਹੜਾ ਮੈਂ ਹਾਰਿਆ ਨਹੀਂ, ਮੈਨੂੰ ਜਿੰਨੀ ਵੋਟ ਪੈਂਦੀ ਸੀ 450,000 ਤੋਂ ਸ਼ੁਰੂ ਕੀਤੀ ਹੈ ਅਤੇ 434,000 ਮੈਨੂੰ ਜਿਹੜੀ ਪਿਛਲੀ ਵਾਰ ਵੀ ਵੋਟ ਪਈ। ਮੇਰੇ ਮੁਕਾਬਲੇ 'ਤੇ ਕੌਣ ਸੀ? ਮੇਰੇ ਮੁਕਾਬਲੇ 'ਤੇ ਸੀ ਸੁਖਬੀਰ ਸਿੰਘ ਬਾਦਲ ਪਲੱਸ ਕੈਪਟਨ ਅਮਰਿੰਦਰ ਸਿੰਘ, ਨਾਲ ਜੋ ਜਾਖੜ ਸਾਹਿਬ ਨੇ ਉਹ ਸੀਗੇ, ਅਤੇ ਸਾਰੀ ਹੀ ਸਰਕਾਰ ਦੇ ਸਾਰੇ ਆਗੂ ਜਿਹੜੇ ਸੀ ਉਹ ਸੁਖਬੀਰ ਬਾਦਲ ਦੀ ਸਪੋਰਟ 'ਤੇ ਸੀ, ਅਤੇ ਇਸ ਕਰਕੇ ਰਾਣਾ ਸੋਢੀ ਵਗੈਰਾ ਸਾਰੇ ਜਿਹੜੇ ਸੀ ਉਹਦੇ ਨਾਲ ਖੜ੍ਹੇ ਸੀ, ਅਤੇ ਮੈਂ ਫਿਰ ਵੀ 434,000 ਵੋਟ ਜਿਹੜੀ ਉਸ ਵੇਲੇ ਲਈ ਹੈ। ਅਤੇ ਇਸ ਵੇਲੇ ਹੁਣ ਤਾਂ ਕਿਰਪਾ ਜੋ ਇਲੈਕਸ਼ ਵੋਟਾਂ ਪੈਣਗੀਆਂ ਅਤੇ ਉਦੋਂ ਰਿਕਾਰਡ ਇਹ ਨਵਾਂ ਬਣੇਗਾ ਫਿਰੋਜ਼ਪੁਰ ਦਾ ਕਿ ਕਿੰਨੀਆਂ ਵੋਟਾਂ ਪਾਉਣ ਪੈਂਦੀਆਂ। ਨਹੀਂ ਕੋਈ ਨਾਰਾਜ਼ਗੀ ਨਹੀਂ, ਜੇ ਤਾਂ ਸੱਚ ਇੱਕ ਅੱਧਾ ਬੰਦਾ ਜੇ ਕਹੇ ਵੀ ਇਹ ਨਾਰਾਜ਼ ਹੋਣਗੇ ਕਿਸੇ ਨਾਲ, ਮੈਂ ਕਹਾਂ ਮੇਰੀ ਜਿਹੜੀ ਰਹਿਸਕ ਕਮਿਊਨਿਟੀ ਹੈ ਵੀ ਮੈਨੂੰ ਨਹੀਂ ਮਿਲੇਗੀ ਤਾਂ ਸਾਰੇ ਨਾਰਾਜ਼ ਹੋ ਜਾਣਗੇ। ਨਹੀਂ, ਉਹ ਪਾਰਟੀ ਨਾਲ ਵੀ ਖੜ੍ਹਨਗੇ, ਉਸ ਜਿਹੜਾ ਕੈਂਡੀਡੇਟ ਉਹ ਵੀ ਵੇਖਣਗੇ ਕਿ ਸਾਡਾ ਕਿਹੜਾ ਸਹੀ ਕੈਂਡੀਡੇਟ ਹੈ। ਹੁਣ ਮੇਰੇ ਤੁਸੀਂ ਉਦਾਹਰਨ ਲੈ ਲਓ, ਮੁਕਤਸਰ ਮਲੋਟ ਅਤੇ ਜਿਹੜੀ ਹੈ ਬੋਰ ਬੱਲੂਆਣਾ, ਉੱਥੇ ਕੋਈ ਮੇਰੀ ਰਹਿਸਕ ਕਮਿਊਨਿਟੀ ਦੀ ਕੋਈ ਜ਼ਿਆਦਾ ਵੋਟ ਨਹੀਂ।